ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਫਰੂਟ ਕਸਟਰਡ। ਉਹਦੇ ਲਈ ਅਸੀਂ ਲਿਆ ਸਟ੍ਰੋਬੇਰੀ ਫਲੇਵਰ ਵਾਲਾ ਫਰੂਟ ਕਸਟਰਡ ਪਾਊਡਰ। ਇਹਦੇ ਅਸੀਂ ਲਏ 3 ਚਮਚ ਅਤੇ 1 ਕੇਲੇ ਨੂੰ ਕੱਟ ਲਿਆ ਅਤੇ ਨਾਲ ਹੀ ਆਲੂ ਬੁਖਾਰੇ ਨੂੰ ਕੱਟ ਲਿਆ। 4 ਚਮਚ ਲਏ ਖੰਡ ਦੇ ਅਤੇ 1 ਵੱਡਾ ਗਲਾਸ ਦੁੱਧ ਦਾ, ਲਗਭਗ 300 ਮਿਲੀਲੀਟਰ। ਗੈਸ ਨੂੰ ਕਰਦੇ ਹਾਂ ਔਨ ਅਤੇ ਦੁੱਧ ਦਾ ਗਲਾਸ ਕੜਾਹੀ ਦੇ ਵਿੱਚ ਪਾਉਂਦੇ ਹਾਂ ਅਤੇ ਥੋੜ੍ਹੇ ਜਿਹੇ ਦੁੱਧ ਨਾਲ ਕਸਟਰਡ ਪਾਊਡਰ ਨੂੰ ਘੋਲ ਲੈਂਦੇ ਹਾਂ। ਇਸ ਤਰ੍ਹਾਂ ਥੋੜ੍ਹਾ ਹੋਰ ਦੁੱਧ ਪਾ ਕੇ ਇਸ ਤਰ੍ਹਾਂ ਇੱਕ ਪੇਸਟ ਬਣਾ ਲੈਣਾ। ਕੋਈ ਗਿਲਟੀ ਨਾ ਰਹਿ ਜਾਏ, ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਦੁੱਧ ਵਿੱਚ ਹੁਣ ਖੰਡ ਨੂੰ ਪਾ ਦਿੰਦੇ ਹਾਂ। ਜਦੋਂ ਦੁੱਧ ਬੋਇਲ ਹੋਣ ਲੱਗੇ ਤਾਂ ਗੈਸ ਨੂੰ ਸਲੋ ਕਰ ਦਿੱਤਾ ਅਤੇ ਕਸਟਰਡ ਪਾਊਡਰ ਜਿਹੜਾ ਦੁੱਧ 'ਚ ਘੋਲਿਆ ਸੀ ਉਹਨੂੰ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਇਸ ਤਰ੍ਹਾਂ ਮਿਕਸ ਕਰਨਾ, ਕੜਛੀ ਦੇ ਹੇਠਲੇ ਹਿੱਸੇ ਨਾਲ ਇਸ ਤਰ੍ਹਾਂ, ਨਹੀਂ ਤਾਂ ਇਹਦੇ ਵਿੱਚ ਗਿਲਟੀਆਂ ਬਣ ਜਾਣਗੀਆਂ, ਜੈਲੀ ਟਾਈਪ ਜਿਹਾ ਬਣ ਜਾਏਗਾ। ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਰਹਿਣਾ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਦੁੱਧ ਗਾੜਾ ਹੋ ਚੁੱਕਾ, ਕਸਟਰਡ ਬਣ ਕੇ ਤਿਆਰ ਆ। ਤਾਂ ਹੁਣ ਇਹਦੇ ਵਿੱਚ ਅਸੀਂ ਕੱਟੇ ਹੋਏ ਫਰੂਟ ਪਾਉਂਦੇ ਹਾਂ, ਕੁਛ ਫਰੂਟ ਅਸੀਂ ਗਾਰਨਿਸ਼ਿੰਗ ਲਈ ਵੀ ਰੱਖ ਲੈਂਦੇ ਹਾਂ। ਅਤੇ ਗੈਸ ਨੂੰ ਬਿਲਕੁਲ ਬੰਦ ਕਰ ਦੇਣਾ ਫਰੂਟ ਪਾਉਣ ਦੇ ਟਾਈਮ 'ਤੇ। ਚਲੋ ਕਰ ਲੈਂਦੇ ਹਾਂ ਸਰਵ। ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਇਹਨੂੰ ਅਸੀਂ ਗਾਰਨਿਸ਼ ਕਰਕੇ ਤੁਹਾਨੂੰ ਦਿਖਾਉਂਦੇ ਹਾਂ। Thanks for watching.